ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ ਫਰੈਸ਼ਰ ਚੱਲ ਰਹੀ ਹੈ ਜੀ ਸਕੂਲ ਦੀ, 300 ਟਰਬੋ 360 ਫਰੈਸ਼ਰ ਹੈ ਸਕੂਲ ਦੇ, ਇਹਦਾ ਸਟੇਅਰਿੰਗ ਵੀ ਫਰੈਸ਼ਰ 'ਚ ਹੈ, ਚੈੱਕ ਕਰੋ ਫਰੈਸ਼ਰ ਚੱਲ ਰਹੀ ਹੈ ਜੀ। ਅੱਛਾ 360 ਨਵਾਂ ਹੀ ਹੈ ਜੀ, ਪਾਪਰ ਲਾਇਆ ਛੱਤ ਲਾਈ ਹੈ। ਚਾੜ ਦੇਣ ਲੱਗੇ ਅਸੀਂ ਇਸੇ ਤੋਂ ਬਾਹਰ ਆ ਗਏ। ਹਾਂਜੀ ਬਾਬਾ ਜੀ, ਉੱਧਰੋਂ ਉੱਤੋਂ ਦੀ ਬੰਦਾ ਕਣਕ ਵੀ ਸਿੱਟਦਾ ਵਾ, ਤੂੜੀ ਲੈਦਾ ਹੋਈ ਜਾਂਦੀ ਅਤੇ ਦਾਣੇ ਲੈਦਾ ਹੋਈ ਜਾਂਦੇ। ਠੀਕ ਹੋ ਗਏ? ਠੀਕ ਹੋ? ਬਸ ਠੀਕ ਹੈ, ਖਿੱਚ ਕੇ ਰੱਖੋ। ਬਾਹਰ ਕਿਹੜਾ ਚੱਲਦਾ ਪਿਆ? ਸੁਣਾਓ ਬਾਬੇ, ਉਹ ਕਿਵੇਂ ਸਹੀ ਚੱਲਦੀ ਪਈ ਹੈ ਗਿੱਲੀ ਦੀ? ਅੱਛਾ ਸੱਠਾ ਹੈ, ਇਹਨੂੰ ਤਾਂ ਪਰਵਾਹ ਹੀ ਕੋਈ ਨਹੀਂ, ਮਾਸ਼ਾਅੱਲਾ ਸਹੀ ਗੇੜਦਾ ਪਿਆ। ਭਰੀਆਂ ਪਈਆਂ, ਖਿੱਲ ਰਹੀਆਂ ਹੋਈਆਂ, ਭਰੀਆਂ ਰੱਖੀਆਂ, ਪੱਸਾਂ ਨਹੀਂ ਲਾਉਂਦੇ ਫਿਰ ਗਿੱਲੀਆਂ ਹੋ ਜਾਂਦੀਆਂ, ਤਾਂ ਕਰਕੇ ਫਿਰ ਖਿਲਾਰ ਕੇ ਰੱਖਦੇ ਨੇ। ਸਹੀ ਬਾਕੀ ਸਹੀ ਆ ਦਾਣੇ ਯਾਰ, ਹੈ ਅੱਲਾ ਕਿਸਮਤ ਚ ਕਰੇ। ਉਹ ਕਿੱਦਾਂ ਬੰਦਾ ਭਰੀ ਲਿਆਂਦਾ, ਇਹ ਚੈੱਕ ਕਰੋ। ਇਹ ਦੇਖਦੇ ਹਾਂ ਕਿੰਨੀ ਰੇਸ 'ਤੇ ਚੱਲ ਰਿਹਾ ਹੈਗਾ। ਠੀਕ ਹੈ ਜੀ, ਇਹ ਹੁਣ ਆਪਾਂ ਵੇਖਦੇ ਹਾਂ ਵੀ ਕਿੰਨੀ ਰੇਸ 'ਤੇ ਚੱਲਦਾ। ਰੇਸ ਹੈਗੀ ਇਸ ਟਾਈਮ 1500 ਰੇਸ 'ਤੇ ਚੱਲਦਾ।
ਚੈੱਕ ਕਰ ਲਓ, ਕੋਈ ਪਰਵਾਹ ਹੀ ਨਹੀਂ ਮਾਸ਼ਾਅੱਲਾ, ਸਕੂਨ ਨਾਲ ਚੱਲੀ ਜਾਂਦਾ, ਕੋਈ ਧੂਵੇਂ ਦੀ ਲੰਬ ਕੋਈ ਨਹੀਂ। ਲੈ ਆ ਦਾਣੇ ਦਾ ਘੱਟੂ।